ਮੰਗਲਵਾਰ ਨੂੰ ਪੰਜਾਬ ਵਿੱਚ ਰਵਿਦਾਸੀਆ ਭਾਈਚਾਰੇ ਵੱਲੋਂ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਕੀਤੇ ਗਏ। ਦਿੱਲੀ ਦੇ ਤੁਗਲਕਾਬਾਦ ਵਿੱਚ ਸਥਿਤ ਗੁਰੂ ਰਵਿਦਾਸ ਦੇ ਮੰਦਿਰ ਨੂੰ ਪ੍ਰਸ਼ਾਸਨ ਵੱਲੋਂ ਢਾਏ ਜਾਣ ਕਾਰਨ ਇਹ ਪ੍ਰਦਰਸ਼ਨ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਮੰਦਿਰ ਨੂੰ ਢਾਏ ਜਾਣ ਦਾ ਹੁਕਮ ਜਾਰੀ ਕੀਤਾ ਸੀ। ਪ੍ਰਸ਼ਾਸਨ ਵੱਲੋਂ 9 ਅਗਸਤ ਨੂੰ ਮੰਦਿਰ ਨੂੰ ਢਾ ਕੇ ਦੀਵਾਰ ਬਣਾ ਦਿੱਤੀ ਗਈ ਸੀ। BBC ਵੱਲੋਂ ਦਿੱਲੀ ਵਿੱਚ ਵਿਵਾਦਿਤ ਸਥਾਨ ਦਾ ਦੌਰਾ ਕੀਤਾ ਗਿਆ। ਉੱਥੇ ਪੰਜਾਬ ਵਰਗੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਨਹੀਂ ਸਨ, ਪਰ ਉੱਥੇ ਵੀ ਨਾਰੇ ਲਗਾਏ ਜਾ ਰਹੇ ਸਨ। ਵਿਵਾਦਿਤ ਥਾਂ 'ਤੇ ਮੌਜੂਦ ਲੋਕਾਂ ਦਾ ਦਾਅਵਾ ਹੈ ਕਿ ਇੱਥੇ ਗੁਰੂ ਰਵਿਦਾਸ ਦਾ ਸਦੀਆਂ ਪੁਰਾਣਾ ਮੰਦਿਰ ਸੀ, ਜਿਸ ਨੂੰ ਪ੍ਰਸ਼ਾਸਨ ਵੱਲੋਂ ਢਾਇਆ ਗਿਆ ਸੀ। ਹਮ ਲੋਕ 9 ਤਾਰੀਖ ਕੋ 8 ਵਜੇ ਜੈਸੇ ਮੰਦਿਰ ਕੇ ਅੰਦਰ ਥੇ, ਸਤਸੰਗ ਚੱਲ ਰਿਹਾ ਥਾ, ਤੋ ਹਮ ਲੋਗੋ ਕੋ ਅੰਦਰ ਹੀ ਕੈਪਚਰ ਕਰ ਲਿਆ ਔਰ ਪੂਰੀ ਰਾਤ ਹਮੇ ਅੰਦਰ ਰੱਖਿਆ। ਸੁਬਹ ਅਗਲੇ ਦਿਨ 10 ਵਜੇ ਹਮ ਲੋਗੋ ਕੋ ਸਭ ਕੋ ਬਸ ਮੇ ਬੰਦ ਕਰ ਦਿਆ, ਬੰਦ ਕਰਕੇ ਗ੍ਰਿਫਤਾਰ ਕਰ ਲਿਆ ਔਰ ਮੰਦਿਰ ਕੋ ਹਮਾਰੇ ਸਾਹਮਣੇ ਹੀ ਤੋੜਾ ਗਿਆ। ਇਹ 600 ਸਾਲ ਪੁਰਾਣਾ ਮੰਦਿਰ ਹੈ ਔਰ ਹਮ ਸੁਬਹ ਸ਼ਾਮ ਮੱਥਾ ਟੇਕਦੇ ਥੇ ਔਰ ਯਹਾਂ ਸੇਵਾ ਵੀ ਕਰਤੇ ਥੇ ਔਰ ਜੈਸਾ ਵੀ ਹਮਾਰਾ ਸਮਾਜ ਹੈ ਨਾ, ਹਰ ਤਰ੍ਹਾਂ ਸੇ ਯਹਾਂ ਆਪਣੇ ਛੋਟੇ ਮੋਟੇ ਪ੍ਰੋਗਰਾਮ ਵੀ ਕਰਤੇ ਥੇ। ਅਗਰ ਸਾਰੇ ਰਵਿਦਾਸ ਭਾਈਚਾਰੇ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਕੇ ਇਹਦਾ ਕੋਈ ਆਲਟਰਨੇਟਿਵ ਲੱਭਿਆ ਜਾਂਦਾ ਕਿ ਕਿਸ ਤਰੀਕੇ ਨਾਲ ਇਹਨੂੰ ਲੀਗਲਾਈਜ਼ ਕੀਤਾ ਜਾ ਸਕਦਾ, ਇਸ ਪਾਸੇ ਕੰਮ ਕਰਨਾ ਚਾਹੀਦਾ ਸੀ, ਨਾ ਕਿ ਮੰਦਿਰ ਨੂੰ ਤੋੜਨਾ ਚਾਹੀਦਾ ਸੀ। ਇਹ ਮੰਦਿਰ ਦੀ ਥਾਂ ਜਾਂ ਪਨਾ ਫੋਰੈਸਟ ਵਿੱਚ ਆਉਂਦੀ ਹੈ। ਜੰਗਲ ਦੇ ਇੱਕ ਹਿੱਸੇ ਵਿੱਚ ਮੰਦਿਰ ਦੀ ਉਸਾਰੀ ਕੀਤੀ ਗਈ ਸੀ। ਉੱਧਰ DDA ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੰਦਿਰ ਸਮਿਤੀ ਵੱਲੋਂ ਨਾਲ ਲੱਗਦੀ ਹੋਰ ਥਾਂ ਲੈਣ ਲਈ ਦਾਅਵਾ ਕੀਤਾ ਗਿਆ ਸੀ ਅਤੇ ਅਦਾਲਤ ਵਿੱਚ ਉਹ ਇਹ ਦਾਅਵਾ ਹਾਰ ਗਏ ਹਨ। ਮੰਦਿਰ ਸਮਿਤੀ ਵੱਲੋਂ ਪਹਿਲਾਂ ਦਿੱਲੀ ਦੇ 30,000 ਕੋਰਟ, ਫਿਰ ਹਾਈ ਕੋਰਟ ਅਤੇ ਹੁਣ ਸੁਪਰੀਮ ਕੋਰਟ ਵਿੱਚ ਅਰਜ਼ੀ ਪਾਈ ਗਈ ਸੀ, ਪਰ ਹਰ ਪੱਧਰ 'ਤੇ ਫੈਸਲਾ DDA ਦੇ ਹੱਕ ਵਿੱਚ ਆਇਆ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਮੰਦਿਰ ਸਮਿਤੀ ਵਿਵਾਦਿਤ ਥਾਂ 'ਤੇ ਆਪਣਾ ਦਾਅਵਾ ਸਾਬਿਤ ਨਹੀਂ ਕਰ ਸਕੀ ਅਤੇ ਨਾ ਹੀ ਇਸ ਨੂੰ ਇਤਿਹਾਸਿਕ ਸਾਬਿਤ ਕਰ ਸਕੀ ਹੈ, ਇਸ ਲਈ ਜ਼ਮੀਨ ਦਾ ਮਾਲਕਾਨਾ ਹੱਕ DDA ਦਾ ਬਣਦਾ ਹੈ। ਸਮਿਤੀ ਦੇ ਮੈਂਬਰਾਂ ਨੇ ਕੋਰਟ ਵਿੱਚ ਕਿਹਾ ਸੀ ਕਿ ਉਹ ਕੋਰਟ ਵੱਲੋਂ ਮਿੱਥੇ ਵਕਤ ਵਿੱਚ ਮੰਦਿਰ ਨੂੰ ਖਾਲੀ ਕਰ ਦੇਣਗੇ, ਪਰ ਇਹ ਮਿਆਦ ਜੂਨ ਵਿੱਚ ਹੀ ਪੂਰੀ ਹੋ ਗਈ ਸੀ। ਪ੍ਰਸ਼ਾਂਤ ਚਹਿਲ, BBC।